ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਮੈਂ ਜੋਗਰਾਜ ਸਿੰਘ ਕਾਲੋਂ, ਤੁਹਾਡਾ ਸਾਰਿਆਂ ਦਾ ਹੀ ਪ੍ਰੋਗਰਾਮ ਪ੍ਰਾਈਮ ਹੈਲਥ ਦੇ ਵਿੱਚ ਬਹੁਤ ਸਵਾਗਤ। ਅਤੇ ਸਾਡੇ ਨਾਲ ਇਸ ਪ੍ਰਾਈਮ ਹੈਲਥ ਪ੍ਰੋਗਰਾਮ ਦੇ ਵਿੱਚ ਡਾਕਟਰ ਮੁਰਤਜ਼ਾ ਹਰਵਾਲ ਦੀ ਤਰ੍ਹਾਂ ਜੁੜ ਚੁੱਕੇ ਨੇ। ਉਹਨਾਂ ਨੂੰ ਪਹਿਲਾਂ ਨਾਲ ਜੋੜਦੇ ਹਾਂ ਪ੍ਰੋਗਰਾਮ 'ਤੇ, ਅੱਜ ਦੀ ਗੱਲਬਾਤ ਜਿਹੜੀ ਆ ਉਹ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਤੁਹਾਡਾ। ਕੀ ਹਾਲ ਹੈ ਜੋਗਰਾਜ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਵਧੀਆ, ਐਕਸਲੈਂਟ, ਠੀਕ ਠਾਕ, ਠੀਕ ਠਾਕ। ਤੁਸੀਂ ਸਤਿ ਸ਼੍ਰੀ ਅਕਾਲ ਦਾ ਜਵਾਬ ਨਹੀਂ ਦਿੱਤਾ। ਸਤਿ ਸ਼੍ਰੀ ਅਕਾਲ, ਦੋ ਵਾਰੀ, ਤਿੰਨ ਵਾਰੀ, ਚਾਰ ਵਾਰੀ, ਇੱਦਾਂ ਹੁੰਦਾ ਜਦੋਂ ਅਸਲਾਮ ਅਲੈਕੁਮ, ਵਾਲੇਕੁਮ ਸਲਾਮ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਸਾਰੀਆਂ ਕਹਿ ਦੇਣਾ, ਇੱਕ ਨਮਸਤੇ, 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 ਹੋਰ ਕਿਹੜਾ, ਆਦਾਬ, ਆਦਾਬ, ਹੋਰ ਕਿਹੜਾ ਹੁੰਦਾ, ਆਖਰ ਤੇ ਫਿਰ ਸਤਿ ਸ਼੍ਰੀ ਅਕਾਲ, ਫਿਰ ਸਤਿ ਸ਼੍ਰੀ ਅਕਾਲ। ਇੱਦਾਂ ਕਹਿੰਦੇ ਨੇ ਕਈ ਵਾਰੀ ਕੋਈ ਜਵਾਬ ਨਾ ਦੇ, ਵੀਰੇ ਮੈਂ ਸਤਿ ਸ਼੍ਰੀ ਅਕਾਲ ਬੁਲਾਈ ਸੀ, ਮੇਰਾ ਜਵਾਬ ਨਹੀਂ ਦਿੱਤਾ, ਕੀ ਗੱਲ, ਗੁੱਸੇ ਹੋ? ਤੁਹਾਨੂੰ ਪੁੱਛਣਾ ਵੀ ਕਿਸੇ ਗੱਲੋਂ ਗੁੱਸੇ ਤਾਂ ਨਹੀਂ ਹੈਗੇ? ਆਹ ਤੁਹਾਡੇ ਨਾਲ ਬਹੁਤ ਗੁੱਸੇ ਆ। ਗੁੱਸੇ ਕਿਹੜੀ ਗੱਲੋਂ? ਫੋਨ ਨਹੀਂ ਚੱਕਦੇ ਸਾਡਾ? ਨਹੀਂ, ਫੋਨ ਚੱਕ ਨਾ ਲੈਣਾ ਹੁਣ, ਮੈਂ ਹੁਣੇ ਚੁੱਕ ਲੈਣਾ, ਮੈਂ ਹੁਣੇ ਮੈਸੇਜ 'ਤੇ ਪੁੱਛ ਲੈਣਾ ਵੀ ਫੋਨ ਕੌਣ ਨਹੀਂ ਚੁੱਕਦਾ, ਅਤੇ ਥੱਲੇ ਟਿੱਪਣੀਆਂ ਆ ਜਾਣੀਆਂ ਤੁਹਾਡੇ ਨਾਲ ਦੀਆਂ ਕਿ ਫੋਨ ਕੌਣ ਨਹੀਂ ਚੁੱਕਦਾ। ਮੈਂ ਸਿਰਫ ਉਦੋਂ ਫੋਨ ਨਹੀਂ ਚੁੱਕਦਾ ਜਦੋਂ ਮੈਂ ਪੇਸ਼ੈਂਟ ਕੋਲ ਹੋਵਾਂ ਜਾਂ ਮੈਂ ਜਦੋਂ ਫੋਨ ਸੁਣ ਰਿਹਾ ਹਾਂ, ਅਦਰਵਾਈਜ਼ ਤਾਂ ਉਹ ਕਾਲ ਸੈਂਟਰ ਵਾਲੇ ਚੱਕਦੇ ਸੁੱਤੇ, ਜਾਂ ਕਹੋ ਜਦੋਂ ਮੈਂ ਸੁੱਤਾ ਹੋਵਾਂ। ਸੌਣ ਦਾ ਤਾਂ ਟਾਈਮ ਹੀ ਬੜਾ ਥੋੜ੍ਹਾ, ਉਹਦੇ ਉਦੋਂ ਅੱਧੀ ਰਾਤ ਹੁੰਦੀ, ਉਦੋਂ ਤਾਂ ਕੋਈ ਕਰਦਾ ਹੀ ਨਹੀਂ, ਲੇਕਿਨ ਉਦੋਂ ਵੀ ਆਉਂਦੇ ਫੋਨ ਬਹੁਤ ਸਾਰੇ। ਮੈਂ ਸੁਬਹ ਉੱਠ ਕੇ ਦੇਖਦਾ, ਕਾਫੀ ਸਾਰੀਆਂ ਮਿਸ ਕਾਲ ਆਈਆਂ ਹੁੰਦੀਆਂ, ਉਹ ਇੰਡੀਆ ਦੇ ਨੰਬਰ ਹੁੰਦੇ ਕਿਉਂਕਿ ਉੱਥੇ ਦਿਨ ਹੁੰਦਾ ਨਾ, ਉਦੋਂ ਆਪਣੇ ਰਾਤ ਹੁੰਦੀ ਹੈ, ਰਾਤ ਹੁੰਦੀ, ਉਹ ਉੱਥੋਂ ਕੋਈ ਆਲਮੋਸਟ ਬੇਸ਼ੁਮਾਰ ਹੀ ਨੰਬਰ ਆਏ ਹੁੰਦੇ, ਉਹਨਾਂ ਨੂੰ ਕਿਵੇਂ ਕਰਾਂ ਕਾਲ ਕਰ ਦੇ ਸਕਦਾ ਨਹੀਂ। ਚਲੋ ਦੇਖੋ ਡਾਕਟਰ ਸਾਹਿਬ, ਸਮੱਸਿਆਵਾਂ ਹੀ ਇੰਨੀਆਂ ਕੁ ਨੇ ਕਿ ਜਿੱਥੋਂ ਕਿਤੋਂ ਥੋੜ੍ਹੀ ਜਿਹੀ ਹੱਲ ਹੋਣ ਦੀ ਆਸ ਲੱਭਦੀ ਹੈ ਨਾ ਕਿਸੇ ਨੂੰ, ਫਿਰ ਬੰਦਾ ਉੱਧਰ ਨੂੰ ਤੱਕ ਪਹੁੰਚ ਕਰਦਾ ਵੀ ਮੇਰਾ ਮਸਲਾ ਇੱਥੋਂ ਹੱਲ ਹੋ ਸਕਦਾ, ਅਤੇ ਤੁਹਾਡੇ ਕੋਲ ਹੱਲ ਹੁੰਦੇ ਵੀ ਨੇ। ਉੱਡੀ ਵੱਡੀ ਦੇਖੋ, ਜਿੱਡਾ ਵੱਡਾ ਲੋਕਾਂ ਦੀ ਆਸ ਵੱਧ ਜਾਣੀ, ਜ਼ਿੰਮੇਵਾਰੀ ਉੱਡੀ ਵੱਡੀ ਵੱਧ ਜਾਂਦੀ ਹੈ ਕਿ ਲੋਕਾਂ ਦਾ ਪਿਆਰ ਮੁਹੱਬਤ ਜਦੋਂ ਇੰਨਾ ਮਿਲ ਰਿਹਾ, ਲੋਕਾਂ ਦੀ ਆਸ ਇੰਨੀ ਆ, ਲੋਕ ਪਰਮਾਤਮਾ ਤੋਂ ਬਾਅਦ ਡਾਕਟਰ ਸਾਹਿਬ ਜੇ ਕਿਸੇ ਦੇ ਦੂਸਰਾ ਯਕੀਨ ਕਰਦੇ ਨੇ ਤਾਂ ਡਾਕਟਰ 'ਤੇ ਕਰਦੇ ਨੇ, ਵਕੀਲਾਂ 'ਤੇ ਵੀ ਕਰਦੇ ਨੇ। ਵਕੀਲਾਂ 'ਤੇ ਤਾਂ ਚਲੋ ਉਹ ਕੰਮ ਹੀ ਐਸਾ ਹੁੰਦਾ ਨਾ ਕਿ ਉਹ ਚਲੋ ਖੈਰ ਠੀਕ ਹੈ, ਪਰ ਇਹ ਵਕੀਲਾਂ 'ਤੇ ਵੀ ਤੁਹਾਡੀ ਗੱਲ ਠੀਕ ਆ, ਉਹਨਾਂ ਦਾ ਵੀ ਰੁਤਬਾ ਉਸ ਕੱਲੋਂ ਬਹੁਤ ਵੱਡਾ, ਪਰ ਇਹ ਵਕੀਲ ਡਾਕਟਰ ਇਹ ਪਰਮਾਤਮਾ ਤੋਂ ਬਾਅਦ ਇਹਨਾਂ ਕਿ ਰੱਬ, ਮਤਲਬ ਬੰਦਾ ਦੂਜੀ ਵਾਰੀ ਸੋਚਦਾ ਨਹੀਂ ਵੀ ਇਹ ਪੈਸਾ ਕੀ ਹੈ, ਕਿੰਨਾ ਲੱਗਣਾ ਜਾਂ ਹੋਰ ਮੇਰੇ ਸੋਰਸਿਸ ਕੀ ਲੱਗ ਰਹੇ, ਬਸ ਮੈਨੂੰ ਸਹੀ ਸਲਾਮਤ ਕਰਕੇ ਤੋਰ ਦੇਣ, ਬਸ ਇਹੀ ਸਭ ਕੁਛ ਵਧੀਆ ਹੁੰਦਾ ਨਾ, ਇਸ ਤਰ੍ਹਾਂ ਆਸ ਬਹੁਤ ਵੱਡੀ ਹੋ ਜਾਂਦੀ। ਅੱਛਾ ਅੱਜ ਡਾਕਟਰ ਸਾਹਿਬ, ਕੋਲੈਸਟਰੋਲ, ਕੋਲੈਸਟਰੋਲ ਦੀ ਸਮੱਸਿਆ ਬਹੁਤ ਵੱਧ ਗਈ ਹੈ ਆਮ ਹੀ ਨਾ, ਇਹ ਪ੍ਰਚਲਿਤ ਆਮ ਜਿਹੇ ਲਫ਼ਜ਼ ਹੋਈ ਜਾਂਦੇ ਵੀ ਮੈਨੂੰ ਕੋਲੈਸਟਰੋਲ ਦੀ ਪ੍ਰੋਬਲਮ ਹੈ। ਕੋਲੈਸਟਰੋਲ ਹੁੰਦਾ ਕੀ ਹੈ ਸਾਡੀ ਬਾਡੀ ਵਿੱਚ, ਕਿਉਂਕਿ ਆਮ ਸੁਣ ਲੈਂਦੇ ਵੀ ਇਹਦਾ ਵਧਿਆ ਜੀ, ਵਧਿਆ ਤਾਂ ਸਾਰੇ ਸੁਣ ਲੈਂਦੇ, ਪਰ ਇਹ ਹੁੰਦੀ ਕੀ ਸ਼ੈ ਆ ਜਿਹੜੀ ਬਾਡੀ 'ਚ ਜਿਹੜੀ ਵੱਧ ਜਾਂਦੀ ਹੈ? ਤੁਹਾਨੂੰ ਪਤਾ ਜਿਹੜੀਆਂ ਤੁਹਾਡੀਆਂ ਵੇਨਸ ਨੇ, ਹਾਂ, ਨਾਲੀਆਂ ਨੇ, ਉਹਨਾਂ ਦੇ ਅੰਦਰ ਜਦੋਂ ਬਲੱਡ ਰਨ ਕਰਦਾ ਤੇ ਕੁਛ ਜਗ੍ਹਾ ਤੋਂ ਵੇਨਸ ਬਲੌਕ ਹੋ ਜਾਂਦੀਆਂ ਨੇ, ਉਹ ਅੰਦਰ ਉਹਨਾਂ ਦੇ ਪਲੈਕ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਉਹ ਸਲੋਲੀ 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 ਉਹਦਾ ਬਲੱਡ ਦੇ ਗੁਜ਼ਰਨ ਦਾ ਰਸਤਾ ਤੰਗ ਕਰਦਾ ਜਾਂਦਾ, ਉਹ ਪਲੈਕ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਫਿਰ ਅਸੀਂ ਉਹਦੇ 'ਚ ਸਟੰਟ ਪਾ ਕੇ ਅਤੇ ਉਹਨੂੰ ਇਸ ਤਰ੍ਹਾਂ ਖੋਲ ਦਿੰਦੇ ਹਾਂ ਤਾਂ ਕਿ ਬਲੱਡ ਉੱਥੋਂ ਗੁਜ਼ਰਦਾ ਰਹੇ। ਇਹ ਮੈਡੀਕਲ ਸਾਇੰਸ ਕਰਦੀ ਹੈ ਇਸ ਤਰ੍ਹਾਂ, ਇਹ ਤਾਂ ਕੋਈ ਹੱਲ ਨਹੀਂ ਗਾ, ਤੁਸੀਂ ਉਹਨੂੰ ਇੰਜ ਕਰਕੇ ਖੋਲ ਦਿੱਤਾ, ਉਹਦੀ ਜਿੰਨੀ ਕਪੈਸਿਟੀ ਹੈ ਉਸ ਵੇਨ ਦੀ ਤੁਸੀਂ ਉਹਨੂੰ ਕਪੈਸਿਟੀ ਤੋਂ ਵਧਾ ਦਿੱਤਾ ਉਹਦੇ 'ਚ ਸਟੰਟ ਪਾ ਕੇ, ਫਿਰ ਨਾਲ ਤੁਸੀਂ ਉਹਨੂੰ 5-7 ਦਵਾਈਆਂ ਲਾ ਦਿੱਤੀਆਂ, ਇਹਨੂੰ ਕੋਲੈਸਟਰੋਲ ਕਹਿੰਦੇ ਨੇ ਕਿ ਕੋਲੈਸਟਰੋਲ ਜੰਮ ਗਿਆ, ਪਲੈਕ ਜੰਮ ਗਿਆ ਅੰਦਰ ਤੁਹਾਡੇ, ਐਕਸੈਸ ਜਿਹੜਾ ਤੁਹਾਡਾ ਫੈਟਸ ਆ ਨਾ, ਐਕਸੈਸ ਫੈਟ ਬੋਡੀ ਦਾ, ਉਹ ਕੋਲੈਸਟਰੋਲ ਹੈ। ਜਦੋਂ ਅਸੀਂ ਇਹਦਾ ਟੈਸਟ ਜਿਹੜਾ ਉਹਨੂੰ ਲਿਪਿਡ ਪ੍ਰੋਫਾਈਲ ਕਹਿੰਦੇ ਨੇ, ਉਹਦੇ 'ਚ ਟੋਟਲ ਕੋਲੈਸਟਰੋਲ ਹੁੰਦਾ, ਉਹਦੇ 'ਚ HDL ਹੁੰਦਾ, ਉਹਦੇ 'ਚ ਲੋ ਡੈਂਸਿਟੀ LDL ਹੁੰਦਾ,
ਇਹ ਇੱਕ ਨੂੰ ਬੁਰਾ ਕੋਲੈਸਟਰੋਲ ਕਹਿੰਦੇ, ਇੱਕ ਨੂੰ ਅੱਛਾ ਕੋਲੈਸਟਰੋਲ ਕਹਿੰਦੇ। ਜਿਹੜਾ ਅੱਛਾ ਕੋਲੈਸਟਰੋਲ ਆ ਉਹ ਬਦਾਮਾਂ ਤੋਂ ਔਰ ਹੋਰ ਫਿਸ਼ ਤੋਂ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਤੋਂ ਮਿਲਦਾ। ਬੁਰਾ ਕੋਲੈਸਟਰੋਲ ਜਿਹੜਾ ਉਹ ਮੀਟ ਤੋਂ, ਉਹਦੀ ਚਰਬੀ ਤੋਂ, ਅੰਡਿਆਂ ਤੋਂ, ਹੋਰਾਂ ਚੀਜ਼ਾਂ ਤੋਂ ਮਿਲਦਾ ਸਾਨੂੰ ਬੁਰਾ ਕੋਲੈਸਟਰੋਲ। ਲੇਕਿਨ ਅਗਰ ਫਿਰ ਐਚ ਡੀ ਐਲ ਐਲ ਡੀ ਐਲ ਰੇਸ਼ੋ ਦੇਖਦੇ ਹਾਂ ਅਸੀਂ ਕਿ ਇਹਨੂੰ ਹਾਰਟ ਅਟੈਕ ਦੇ ਕਿੰਨੇ ਚਾਂਸਿਸ ਹੈ, ਜਿਹਦੀ ਇਹਦੀ ਰੇਸ਼ੋ ਜ਼ਿਆਦਾ ਖਰਾਬ ਹੋਵੇ ਇੱਧਰ ਜਾਂ ਇੱਧਰ, ਉਹਨੂੰ ਹਾਰਟ ਅਟੈਕ ਦੇ ਜ਼ਿਆਦਾ ਚਾਂਸਿਸ ਹੈ। ਅਗਰ ਉਹਦਾ ਨੇੜੇ ਨੇੜੇ ਆ ਦੋਨੋਂ, ਉਹਨੂੰ ਹਾਰਟ ਅਟੈਕ ਦੇ ਚਾਂਸਿਸ ਨਹੀਂ ਹੁੰਦੇ। ਕੀ ਇਹਦਾ ਇਕੱਲਾ ਖਾਣ ਪੀਣ ਨਾਲ ਹੀ ਸੰਬੰਧ ਹੁੰਦਾ? ਨਹੀਂ, ਇਹਦਾ ਘੱਟ ਪਾਣੀ ਪੀਣ ਨਾਲ ਵੀ ਹੁੰਦਾ। ਓਕੇ, ਜਦੋਂ ਤੁਹਾਡੇ ਜਿਸਮ 'ਚੋਂ ਆਕਸੀਡੈਂਟਸ ਔਰ ਤੁਹਾਡੇ ਐਕਸੈਸ ਮਟੀਰੀਅਲ, ਐਕਸੈਸ ਫੈਟਸ ਐਕਸਕ੍ਰੀਟ ਨਹੀਂ ਹੁੰਦੀਆਂ ਕਿਡਨੀ ਦੇ ਰਸਤੇ, ਅਤੇ ਉਦੋਂ ਕੋਲੈਸਟਰੋਲ ਇਨਕਰੀਜ਼ ਇਕੱਠੀਆਂ ਹੋ ਜਾਂਦੀਆਂ। ਕੋਲੈਸਟਰੋਲ 'ਤੇ ਆਪਾਂ ਨੂੰ ਇੱਕ ਪੂਰਾ ਸ਼ੋਅ ਕਰਨਾ ਚਾਹੀਦਾ ਵੈਸੇ, ਤਾਂ ਪੂਰਾ ਇੱਕ ਨਾ ਉਹਨੂੰ ਅਨਾਊਂਸ ਕਰਕੇ ਕਿ ਆਪਾਂ ਅਗਲਾ ਸ਼ੋਅ ਕੋਲੈਸਟਰੋਲ 'ਤੇ ਕਰਨਾ, ਅਗਲਾ ਰੱਖ ਲਓ ਭਾਵੇਂ ਬੇਸ਼ੱਕ, ਅਤੇ ਉਹਦੇ 'ਤੇ ਪੂਰੀ ਕੋਲੈਸਟਰੋਲ ਦੀ ਕੋਜ਼ਿਸ, ਰੀਜ਼ਨਸ, ਫਿਰ ਅੱਗੇ ਉਹਦੇ ਇਫੈਕਟਸ, ਉਹਦੀ ਉਹਦੇ ਸਿਮਟਮਸ, ਉਹ ਸਾਰੇ ਆਪਾਂ ਬਿਆਨ ਕਰੀਏ ਅੱਜ। ਤਾਂ ਥੋੜ੍ਹਾ ਥੋੜ੍ਹਾ ਤੁਹਾਡੇ ਕੋਲ ਹੋਰ ਵੀ ਸਵਾਲ ਨੇ, ਥੋੜ੍ਹਾ ਥੋੜ੍ਹਾ ਅੱਜ ਆਪਾਂ ਦੱਸ ਦਿੰਦੇ ਹਾਂ ਇਹਦੇ ਬਾਰੇ 'ਚ। ਬਾਕੀ ਇਹਦੇ 'ਤੇ ਨਾ ਪੂਰਾ ਇੱਕ ਸ਼ੋਅ ਕਰੋ। ਇਹਦੀ ਇਹਦੀ ਜਿਹੜੀ ਪ੍ਰੋਬਲਮ ਆ ਉਹ ਮੈਂ ਸਮਝਦਾ 80-90% ਲੋਕਾਂ ਨੇ ਫੀਲ ਕੀਤੀ ਹੋਈ ਹੈ, ਕੁਛ ਨੇ ਫੀਲ ਕੀਤੀ ਹੋਈ ਹੈ, ਕੁਛ ਨੂੰ ਹੈ, ਔਰ ਜਿਹਨੂੰ ਹੈ ਉਹਦੀ ਉਹ ਰੀਜ਼ਨਸ ਉਹ ਆਪ ਨੇ, ਕਿਉਂਕਿ ਖਾਣ ਪੀਣ ਦੀਆਂ ਆਦਤਾਂ ਬਹੁਤ ਵਿਗੜੀਆਂ ਹੋਈਆਂ ਨੇ, ਪਲੱਸ ਪਾਣੀ ਨਹੀਂ ਪੀਂਦੇ ਲੋਕ। ਬਹੁਤ ਸਾਰੇ ਲੋਕਾਂ ਨੇ ਇਹ ਸੋਚਿਆ ਹੋਇਆ ਕਿ ਅਸੀਂ ਗਰਮ ਪਾਣੀ ਪੀਵਾਂਗੇ ਤਾਂ ਸ਼ਾਇਦ ਫੈਟਸ ਉਹ ਨਿਕਲ ਜਾਏਗੀ। ਉਹ ਤਾਂ ਸ਼ਾਇਦ ਨਿਕਲ ਜਾਏ ਕਿਸੇ ਹੱਦ ਤੱਕ, ਲੇਕਿਨ ਤੁਹਾਡਾ ਕਿਡਨੀ ਵੀ ਨਿਕਲ ਜਾਏਗਾ ਨਾਲ ਹੀ, ਉਹ ਵੀ ਨਾਲ ਹੀ ਲੈ ਜਾਏਗੀ ਫੈਟਸ। ਉਹ ਗਰਮ ਪਾਣੀ ਦੇ ਹੋਰ ਬੜੇ ਸਾਰੇ ਸਾਈਡ ਇਫੈਕਟਸ ਨੇ, ਉਹਦੇ ਫਾਇਦੇ ਹੈ ਨੇ ਲੇਕਿਨ ਬਹੁਤ ਥੋੜ੍ਹੇ ਨੇ, ਨੁਕਸਾਨ ਉਹਦੇ ਇੰਨੇ ਕੁ ਜ਼ਿਆਦਾ ਨੇ ਕਿ ਤੁਹਾਨੂੰ ਫਿਰ ਉਹ ਰਿਕਵਰੀ ਨਹੀਂ ਹੁੰਦੀ ਉਹਨਾਂ ਨੁਕਸਾਨਾਂ ਦੀ। ਤੁਹਾਡੀਆਂ ਹੱਡੀਆਂ ਮੁੱਕ ਜਾਂਦੀਆਂ, ਤੁਹਾਡੇ ਕਿਡਨੀ ਮੁੱਕ ਜਾਂਦੇ, ਤੁਹਾਡਾ ਜੀ ਐੱਫ ਆਰ ਲੋਅ ਹੋ ਜਾਂਦਾ ਕਾਫੀ ਹੱਦ ਤੱਕ, ਤੁਹਾਡੇ ਨੈਫਰੋਨਸ ਜਿਹੜੇ ਨੇ ਉਹ ਡੈਮੇਜ ਹੋ ਜਾਂਦੇ ਨੇ, ਬਹੁਤ ਸਾਰੀਆਂ ਚੀਜ਼ਾਂ ਤੁਹਾਡੀਆਂ ਖਰਾਬ ਹੁੰਦੀਆਂ। ਖੈਰ, ਗਰਮ ਪਾਣੀ ਦੀ ਤਾਂ ਗੱਲ ਵਿੱਚ ਹੋਏ ਨੇ ਆ ਗਏ। ਜਿਹੜਾ ਕੋਲੈਸਟਰੋਲ ਹੈ ਇਹਦਾ ਸਭ ਤੋਂ ਆਸਾਨ ਹੱਲ ਤਾਂ ਹੈ ਕਿ ਤੁਸੀਂ ਸਿਟਰਸ ਨੂੰ ਆਪਣੀ ਫੂਡ 'ਚ ਸ਼ਾਮਿਲ ਕਰੋ। ਹੁਣ ਸਿਟਰਸ 'ਚ ਕੀ ਆਉਂਦਾ ਹੈ? ਔਰੇਂਜਸ ਆਉਂਦੇ ਨੇ, ਲੈਮਨ ਆਉਂਦਾ, ਸਭ ਤੋਂ ਅੱਛਾ ਸਿਟਰਿਕ ਐਸਿਡ ਹੈ ਸਿਰਕਾ, ਖੱਟੀਆਂ ਐਸਿਟਿਕ ਐਸਿਡ ਸਿਰਕਾ, ਵਿਨੇਗਰ, ਜਾਂ ਫਿਰ ਤੁਸੀਂ ਐਪਲ ਸਿਡਰ ਵਿਨੇਗਰ ਲੈ ਲਓ, ਕੁਆਟਰ ਟੀ ਸਪੂਨ ਜਾਂ ਹਾਫ ਟੀ ਸਪੂਨ ਜਾਂ 1 ਟੀ ਸਪੂਨ ਜਾਂ 1 ਸਪੂਨ, ਜਿੱਥੇ ਤੁਹਾਨੂੰ ਤੁਹਾਡੀ ਬਾਡੀ ਐਡਜਸਟ ਹੋ ਸਕਦੀ ਉਹਦੇ ਨਾਲ, ਉਹ ਤੁਸੀਂ ਨੋਰਮਲ ਪਾਣੀ 'ਚ ਪਾ ਕੇ ਇੱਕ ਦਫ਼ਾ ਪੀ ਲਿਆ ਰੋਜ਼ ਜੀ ਐਵਰੀ ਡੇ। ਇਹ ਬਹੁਤ ਅੱਛਾ ਇਲਾਜ ਹੈ ਆਕਸੀਡੈਂਟਸ ਦਾ ਵੀ, ਉਹਨਾਂ ਨੂੰ ਐਕਸਕ੍ਰੀਟ ਕਰਦਾ ਬਾਡੀ 'ਚੋਂ, ਇਹ ਬਹੁਤ ਅੱਛਾ ਇਲਾਜ ਹੈ ਕੋਲੈਸਟਰੋਲ ਦਾ ਵੀ। ਐਸਿਟਿਕ ਐਸਿਡ ਜਾਂ ਸਿਰਕਾ ਜਾਂ ਜਿੰਨੇ ਵੀ ਸਿਟਰਸ ਫਰੂਟਸ ਨੇ, ਲੈਮਨ, ਔਰੇਂਜਸ, ਕੀਵੀ ਹੈ, ਜਿਨ੍ਹਾਂ 'ਚ ਖਟਾਸ ਹੈ, ਜਿੰਨੇ ਵੀ ਫਰੂਟ ਨੇ ਖਟਾਸ ਵਾਲੇ। ਫਿਰ ਹੋਰ ਅੱਗੇ ਆ ਜਾਓ ਤੁਸੀਂ, ਜਿਹੜੇ ਲੋਕ ਸਿਟਰਸ ਨਹੀਂ ਲੈ ਸਕਦੇ, ਜਿਹਨਾਂ ਨੂੰ ਸਟਮਕ ਦਾ ਇਸ਼ੂ ਆਇਆ, ਜਿਹਨਾਂ ਨੇ ਪਿੱਤਾ ਕਢਵਾਇਆ ਹੋਇਆ, ਉਹਨਾਂ ਨੂੰ ਓਬਵੀਅਸਲੀ ਸਟਮਕ ਦਾ ਇਸ਼ੂ ਰਹਿਣਾ ਹੀ ਰਹਿਣਾ। ਜਿਹਨਾਂ ਨੂੰ ਸਟਮਕ ਦਾ ਇਸ਼ੂ ਹੈ, ਉਹ ਲੋਕ ਜਿਵੇਂ ਹੀ ਸਿਰਕਾ ਲੈਣਗੇ, ਉਹਨਾਂ ਦੀ ਐਸਿਡਿਟੀ ਸ਼ੁਰੂ ਹੋ ਜਾਏਗੀ, ਉਹਨਾਂ ਨੂੰ ਜਲਨ ਸ਼ੁਰੂ ਹੋ ਜਾਏਗੀ, ਸਟਮਕ 'ਚ ਬਰਨਿੰਗ ਸ਼ੁਰੂ ਹੋ ਜਾਏਗੀ, ਉਹ ਸਿਰਕਾ ਨਹੀਂ ਲੈ ਸਕਦੇ, ਨਾ ਉਹ ਗਰਮ ਫਰੂਟਸ ਖਾ ਸਕਦੇ। ਜਦੋਂ ਔਰੇਂਜਸ ਖਾਣਗੇ ਉਹਨਾਂ ਦੀ ਬਰਨਿੰਗ ਸ਼ੁਰੂ ਹੋ ਜਾਏਗੀ। ਉਹਦਾ ਫਿਰ ਇਲਾਜ ਹੈ ਕਿ ਉਹ ਆਪਣਾ ਪਾਣੀ ਦਾ ਧਿਆਨ ਕਰਨ, ਪਾਣੀ ਇਨਕਰੀਜ਼ ਕਰਨ। ਅਗਰ ਉਹ 2.5 ਲੀਟਰ ਪੀਂਦੇ ਨੇ ਤਾਂ ਉਹਨੂੰ 3.5-4 ਲੀਟਰ ਕਰਨ, ਅਤੇ ਜਿਹੜਾ ਬੰਦਾ 2 ਲੀਟਰ 2.5 ਲੀਟਰ ਵੀ ਨਹੀਂ ਪੀਂਦਾ ਤਾਂ ਉਹਦਾ ਤੁਸੀਂ ਅੰਦਾਜ਼ਾ ਲਾ ਲਓ ਫਿਰ ਉਹਦਾ ਕੋਲੈਸਟਰੋਲ ਲੈਵਲ ਕਿੱਥੇ ਜਾਏਗਾ, ਉਹਦਾ ਤੁਹਾਨੂੰ ਵੈਸੇ ਹੀ ਪਤਾ ਲੱਗ ਜਾਏਗਾ ਕਿ ਕੋਲੈਸਟਰੋਲ ਵੱਧ ਰਿਹਾ।
ਫਿਰ ਕੋਲੈਸਟਰੋਲ ਵਧਣ ਦੀ ਇੱਕ ਹੋਰ ਨਿਸ਼ਾਨੀ ਵੀ ਹੁੰਦੀ ਹੈ ਕਿ ਤੁਹਾਡੇ ਪੈਰ ਜਿਹੜੇ ਨਾ ਨੀਚਿਓਂ ਉਹ ਦਰਦ ਕਰਨਾ ਸ਼ੁਰੂ ਹੋ ਜਾਂਦੇ ਨੇ। ਇਹ ਸ਼ੂਗਰ ਦੀ ਵੀ ਨਿਸ਼ਾਨੀ ਹੈ, ਸ਼ੂਗਰ ਹਾਈ ਰਹਿਣ ਦੀ। ਜਿਹਦੀ ਸ਼ੂਗਰ ਲੋਅ ਰਹਿੰਦੀ ਹੋਵੇ ਜਾਂ ਹਾਈ ਰਹਿੰਦੀ ਹੋਵੇ ਉਹਦਾ ਵੀ ਪੈਰ ਨੀਚੋਂ ਦਰਦ ਕਰਦੇ ਆ, ਪੰਜਾ ਦਰਦ ਕਰਦਾ ਅਤੇ ਕੋਲੈਸਟਰੋਲ ਸ਼ੂਗਰ ਹੈ ਅਗਰ ਦਰਮਿਆਨ 'ਚੋਂ ਦਰਦ ਕਰਦਾ ਅਤੇ ਕੋਲੈਸਟਰੋਲ ਅਗਰ ਪੰਜਾ ਔਰ ਦਰਮਿਆਨ 'ਚੋਂ ਦੋਨੋਂ ਦਰਦ ਕਰਦਾ ਤਾਂ ਕੋਲੈਸਟਰੋਲ ਹੈ ਪਲੱਸ ਸ਼ੂਗਰ ਵੀ ਹੋ ਸਕਦੀ ਹੈ। ਇਹ ਦੋਨੋਂ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ। ਜੇ ਅਗਰ ਏੜੀ ਦਰਦ ਕਰਦੀ ਜਿਹਨੂੰ ਹੀਲ ਕਹਿੰਦੇ ਆ, ਨਾਲ ਲੱਗਦੀ ਗੱਲ ਵਿੱਚ ਕੋਈ ਨਾ ਕੋਈ ਆ ਜਾਂਦੀ, ਜੇ ਅਗਰ ਏੜੀ ਦਰਦ ਕਰਦੀ ਹੈ ਤਾਂ ਫਿਰ ਯੂਰਿਕ ਐਸਿਡ ਹੈ। ਇੱਕ ਕਿਹੜੀ ਕਰ ਰਹੀ ਹੈ ਅਤੇ ਕੋਈ ਏੜੀ ਦੀ ਹੱਡੀ ਡਿਸਟਰਬ ਹੋ ਰਹੀ ਹੈ, ਬੋਨ ਉਹਦੀ ਵੱਧ ਰਹੀ ਹੈ ਜਾਂ ਘੱਟ ਰਹੀ ਹੈ, ਸ਼ਰਿੰਕ ਹੋ ਰਹੀ ਹੈ, ਅਤੇ ਜੇ ਦੋਨੋਂ ਕਰ ਰਹੀਆਂ ਨੇ ਤਾਂ ਫਿਰ ਯੂਰਿਕ ਐਸਿਡ ਹੈ। ਸਮਟਾਈਮ ਇੱਕ ਕਿਹੜੀ ਵੀ ਕਰਦੀ ਹੈ ਯੂਰਿਕ ਐਸਿਡ 'ਚ, ਅਤੇ ਯੂਰਿਕ ਐਸਿਡ ਜਿਹੜਾ ਉਹ 50% ਆਫ ਦਾ ਬਾਰਡਰ ਲਾਈਨ ਰੱਖਣਾ ਨੋਰਮਲ ਯੂਰਿਕ ਐਸਿਡ ਹੈ। ਬਾਰਡਰ ਲਾਈਨ ਤੱਕ ਜਾਣ ਦਾ ਵੇਟ ਨਾ ਕਰੋ। ਜਦੋਂ ਇਹ 50% ਤੋਂ ਇਨਕਰੀਜ਼ ਕਰ ਜਾਏ ਤਾਂ ਉਦੋਂ ਹੀ ਯੂਰਿਕ ਐਸਿਡ ਦਾ ਇਲਾਜ ਕਰੋ। ਅਤੇ ਯੂਰਿਕ ਐਸਿਡ ਦਾ ਵੀ ਸਭ ਤੋਂ ਅੱਛਾ ਇਲਾਜ, ਜਿਹੜਾ ਬੇਸਿਕ ਇਲਾਜ ਹੈ ਜਿੱਥੋਂ ਅੱਗੋਂ ਬਾਅਦ 'ਚ ਹੋਰ ਵੀ ਦੱਸਦਾ ਮੈਂ, ਉਹ ਹੈ ਪਾਣੀ। ਓਕੇ, ਕੋਲੈਸਟਰੋਲ, ਯੂਰਿਕ ਐਸਿਡ, ਕਿਡਨੀ, ਤੁਹਾਡਾ ਗਾੜਾਪਨ ਖੂਨ ਦਾ, ਇਹਨਾਂ ਸਾਰਿਆਂ ਦਾ ਬੇਸਿਕ ਜਿੱਥੋਂ ਸ਼ੁਰੂ ਹੁੰਦਾ ਉਹ ਘੱਟ ਪਾਣੀ ਵਾਲਿਆਂ ਨੂੰ ਸ਼ੁਰੂ ਹੁੰਦਾ। ਜਦੋਂ ਤੁਸੀਂ ਪਾਣੀ ਇਨਕਰੀਜ਼ ਕਰ ਦਿਓਗੇ ਤਾਂ ਇਹ ਨੋਰਮਲ ਹੋਣਾ ਸ਼ੁਰੂ ਹੋ ਜਾਏਗਾ, ਅਗਰ ਥੋੜ੍ਹਾ ਬਹੁਤ ਪ੍ਰੋਬਲਮ ਹੈ ਤਾਂ। ਅਗਰ ਤੁਹਾਡਾ ਪ੍ਰੋਬਲਮ ਜ਼ਿਆਦਾ ਹੈ, ਜਦੋਂ ਕੋਲੈਸਟਰੋਲ ਹੁੰਦਾ ਤਾਂ ਤੁਹਾਨੂੰ ਮੈਂ ਦੱਸਿਆ ਕਿ ਉਹ ਨਾਲੀਆਂ ਦੇ ਅੰਦਰ ਤੁਹਾਡੇ ਉਹ ਪਲੈਕ ਜੰਮਣਾ ਸ਼ੁਰੂ ਹੋ ਜਾਂਦਾ, ਨਾਲੀਆਂ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹ ਕਿਸੇ ਇੱਕ ਜਗ੍ਹਾ 'ਤੇ ਜਾਂ ਕਿਸੇ ਮੋੜ 'ਤੇ ਜਾਂ ਕਿਸੇ ਜਗ੍ਹਾ 'ਤੇ ਜਿੱਥੇ ਜਾ ਕੇ ਬਲੱਡ ਦੀ ਟੱਕਰ ਲੱਗਦੀ ਹੈ, ਉਹ ਉੱਥੇ ਉਹ ਪਲੈਕ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਉੱਥੋਂ ਉਹ ਨਾਲੀ ਨੂੰ ਤੰਗ ਕਰਨਾ ਸ਼ੁਰੂ ਕਰ। ਹਾਰਟ ਅਟੈਕ ਨੂੰ ਵੀ ਅੱਗੇ ਲੀਡ ਕਰਦਾ? ਓਬਵੀਅਸਲੀ ਜਦੋਂ ਤੁਹਾਡੀ ਬੰਦ ਹੋ ਜਾਂਦੀ, ਉੱਥੇ ਹੀ ਆ ਰਿਹਾ ਸੀ ਮੈਂ, ਜਦੋਂ ਤੁਹਾਡੀ ਉਹ ਨਾਲੀ ਤੰਗ ਹੋ ਜਾਂਦੀ ਉੱਥੋਂ, ਅਤੇ ਉੱਥੋਂ ਬਲੱਡ ਨੂੰ ਗੁਜ਼ਰਨ 'ਚ ਥੋੜ੍ਹੀ ਜਿਹੀ ਤਕਲੀਫ ਹੁੰਦੀ ਹੈ, ਮੁਸ਼ਕਲ ਨਾਲ ਗੁਜ਼ਰਦਾ। ਸਪੋਜ਼ ਅਗਰ ਉੱਥੋਂ ਇੱਕ ਘੁੱਟ ਗੁਜ਼ਰਨਾ ਸੀ ਅਤੇ ਹੁਣ ਉਹ ਅੱਧਾ ਘੁੱਟ ਗੁਜ਼ਰ ਰਿਹਾ, ਪਿੱਛੇ ਬਲੱਡ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਸਪੀਡ ਸਲੋਅ ਹੋ ਜਾਂਦੀ ਹੈ, ਉਹਦਾ ਉਸ ਜਗ੍ਹਾ 'ਤੇ ਆ ਕੇ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ। ਜਦੋਂ ਉੱਥੇ ਪ੍ਰੈਸ਼ਰ ਇਨਕਰੀਜ਼ ਹੁੰਦਾ ਅਤੇ ਹਾਰਟ ਨੂੰ ਤਕਲੀਫ ਹੁੰਦੀ ਹੈ ਪੰਪ ਕਰਨ 'ਚ, ਉਹਨੂੰ ਜ਼ਿਆਦਾ ਤਾਕਤ ਨਾਲ ਪੰਪ ਕਰਨਾ ਪੈਂਦਾ ਜਾਂ ਜ਼ਿਆਦਾ ਵਾਰੀ ਕਰਨਾ ਪੈਂਦਾ ਪੰਪ, ਉਹਦੇ ਨਾਲ ਹਾਰਟ ਦੇ ਮਸਲਸ ਕਮਜ਼ੋਰ ਹੁੰਦੇ ਨੇ। ਜਦੋਂ ਹਾਰਟ ਦੇ ਮਸਲਸ ਕਮਜ਼ੋਰ ਹੁੰਦੇ ਨੇ ਅਤੇ ਬਲੱਡ ਦਾ ਪ੍ਰੈਸ਼ਰ ਇਨਕਰੀਜ਼ ਹੁੰਦਾ, ਜਦੋਂ ਬਲੱਡ ਦਾ ਪ੍ਰੈਸ਼ਰ ਇਨਕਰੀਜ਼ ਹੁੰਦਾ ਤਾਂ ਇਹਨੂੰ ਕਹਿੰਦੇ ਹੋ ਬਲੱਡ ਪ੍ਰੈਸ਼ਰ ਹੋ ਗਿਆ, ਤਾਂ ਹਾਈ ਹੋ ਗਿਆ ਬਲੱਡ ਪ੍ਰੈਸ਼ਰ, ਬਲੱਡ ਦਾ ਪ੍ਰੈਸ਼ਰ ਇਨਕਰੀਜ਼ ਹੋ ਰਿਹਾ, ਬਲੱਡ ਪ੍ਰੈਸ਼ਰ ਹਾਈ ਹੋ ਰਿਹਾ। ਜਦੋਂ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਅਤੇ ਫਿਰ ਅਗਰ ਉਹਦੇ ਨਾਲ ਖੂਨ ਵੀ ਗਾੜਾ ਤੁਹਾਡਾ, ਇਹ ਦੂਸਰੀ ਪ੍ਰੋਬਲਮ ਹੈ ਜਿਹਨੂੰ ਕਹਿੰਦੇ ਟ੍ਰਾਈਗਲੀਸਰਾਈਡਸ, ਕਲੋਟਸ ਹੈ ਅਗਰ ਤੁਹਾਡੇ ਖੂਨ 'ਚ, ਅਗਰ ਉਹਦੇ ਨਾਲ ਕਲੋਟਸ ਨੇ ਅਤੇ ਉਹ ਫਿਰ ਜਿੱਥੇ ਜਿੱਥੇ ਨਾਲੀ ਤੰਗ ਆ ਉੱਥੇ ਉੱਥੇ ਉਹ ਡੇਂਜਰਸ ਹੋ ਜਾਂਦੇ ਨੇ। ਜਦੋਂ ਬਲੱਡ ਨਹੀਂ ਸੌਖਾ ਗੁਜ਼ਰ ਰਿਹਾ ਅਤੇ ਕਲੋਟਸ ਕਿਵੇਂ ਆਸਾਨੀ ਨਾਲ ਗੁਜ਼ਰਨਗੇ, ਜਿੱਥੇ ਕਿਤੇ ਵੱਡਾ ਕਲੋਟ ਆ ਗਿਆ ਉਹਨੇ ਉਹਨੂੰ ਠੱਕ ਕਰਕੇ ਬਲੋਕ ਕਰ ਦੇਣਾ। ਜਿਵੇਂ ਹੀ ਉਹ ਬਲੋਕ ਹੋਇਆ, ਬੰਦ ਹੋਇਆ, ਉਹ ਜਗ੍ਹਾ ਜਿੱਥੇ ਤੁਹਾਡੀ ਬਲੋਕੇਜ ਹੈ, ਉਹ ਬਲੋਕੇਜ ਜ਼ਿਆਦਾਤਰ ਇੱਥੇ ਹੀ ਹੁੰਦੀ ਹੈ ਇਸ ਏਰੀਆ 'ਚ, ਜਿੱਥੇ ਤੁਹਾਡੀ ਬਲੋਕੇਜ, ਇੱਥੇ ਵੀ ਹੋ ਸਕਦੀ ਹੈ ਜਿਹਨੂੰ ਆਪਾਂ ਉਹ ਕਹਿੰਦੇ ਹਾਂ ਕਿ ਇਹਨਾਂ ਨੂੰ ਸਟ੍ਰੋਕ ਹੋ ਗਿਆ, ਬ੍ਰੇਨ ਦਾ ਬ੍ਰੇਨ ਹੈਮਰੇਜ ਹੋ ਗਿਆ, ਜਿੱਥੇ ਜਾ ਕੇ ਕਲੋਟ ਫਸ ਗਿਆ ਉੱਥੇ ਉਹਨੇ ਬਲੱਡ ਨੂੰ ਰੋਕ ਦੇਣਾ। ਓਕੇ, ਬਲੱਡ ਚੰਦ ਸੈਕਿੰਡ ਲਈ ਰੁਕਿਆ ਅਤੇ ਹਾਰਟ ਅਟੈਕ ਹੋ ਗਿਆ। ਹਾਰਟ ਕੋਲ ਬਲੱਡ ਨਹੀਂ ਗਿਆ ਨਾ, ਉਹਦੇ ਪੰਪ ਕਰਨ ਦੀ ਕਪੈਸਿਟੀ ਬਹੁਤ ਇਨਕਰੀਜ਼ ਕਰ ਗਈ, ਜਿਵੇਂ ਇਨਕਰੀਜ਼ ਕੀਤੀ ਤੁਸੀਂ ਇੰਝ ਕਰਕੇ ਹਾਰਟ ਫੜਿਆ, ਉਹ ਡਿੱਗ ਪਏ, ਇਹ ਹਾਰਟ ਅਟੈਕ ਹੋ ਗਿਆ। ਔਰ ਫਿਰ ਉਹ ਦਵਾਈਆਂ ਦਿੰਦੇ ਨੇ ਉਹਨੂੰ ਖੋਲਣ ਦੀਆਂ, ਜੇ ਟਾਈਮ 'ਤੇ ਡਾਕਟਰ ਕੋਲ ਚਲੇ ਜਾਓ ਤੁਸੀਂ। ਕਈ ਕਿਸਮ ਦੇ ਵਿੱਚ ਇੰਨਾ ਵਰਸ ਹੋ ਜਾਂਦਾ ਵੀ ਉਹ 'ਚ ਤੁਹਾਨੂੰ ਮੋੜਾ ਪੈਣ ਦੀ ਵੀ ਆਸ ਨਹੀਂ ਹੁੰਦੀ ਨਾ? ਹਾਂ, ਮੌਕੇ 'ਤੇ। ਔਰ ਕਈ ਕਿਸਮ 'ਚ ਮਾਈਨਰ ਹੁੰਦਾ, ਛੋਟਾ ਕਲੋਟ ਹੁੰਦਾ, ਜਦੋਂ ਪ੍ਰੈਸ਼ਰ ਪੈਂਦਾ ਤਾਂ ਉਹ ਨਿਕਲ ਜਾਂਦਾ। ਨਿਕਲ ਜਾਂਦਾ ਫਿਰ ਉਹ,
ਇਹ ਕਿਸੇ ਵੀ ਸੂਰਤ 'ਚ ਹੋ ਸਕਦਾ ਅਤੇ ਇੱਥੋਂ ਤੱਕ ਪਹੁੰਚਣ ਕਿਉਂ ਦੇਣਾ ਤੁਸੀਂ? ਦੇਖੋ ਮੈਂ ਹੁਣ ਤੁਹਾਨੂੰ ਐਂਡ 'ਤੇ ਆ ਕੇ ਇਹਦਾ ਇੱਕ ਛੋਟਾ ਜਿਹਾ ਇਲਾਜ ਦੱਸਾਂਗਾ। ਤੁਸੀਂ ਕਹੋ ਕਿ ਇੰਨਾ ਸੌਖਾ ਕੰਮ ਸੀਗਾ, ਅਸੀਂ ਕਿਹੜੇ ਚੱਕਰਾਂ 'ਚ ਪਏ ਹੋਏ? ਸਾਰੀ ਦੁਨੀਆ, ਤੁਹਾਨੂੰ ਪਤਾ ਸਾਇਲੈਂਟ ਕਿਲਰ ਡਿਜ਼ੀਜ਼ ਕਿਹੜੀ ਹੈ ਦੁਨੀਆ ਦੀ ਸਭ ਤੋਂ ਵੱਡੀ? ਹਾਰਟ ਅਟੈਕ। ਤੁਸੀਂ ਕੈਂਸਰ ਸਮਝਦੇ ਹੋਗੇ ਕੁਛ, ਹਾਰਟ ਅਟੈਕ ਹਲੇ ਵੀ ਸਭ ਤੋਂ ਵੱਡੀ ਡਿਜ਼ੀਜ਼, ਜਿਹੜੇ ਨਾਲ ਸਭ ਤੋਂ ਜ਼ਿਆਦਾ ਲੋਕ ਮਰਦੇ ਨੇ, ਸਾਇਲੈਂਟ ਕਿਲਰ ਹੈ ਜਿਹਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਬਹੁਤ ਦੇਰ ਬਾਅਦ ਜਾ ਕੇ ਪਤਾ ਲੱਗਦਾ ਜਦੋਂ ਹੋਣ ਵਾਲਾ ਹੋ ਜਾਂਦਾ ਜਾਂ ਹੋ ਗਿਆ ਹੁੰਦਾ, ਜਾਂ ਕਿਤੇ ਤੁਸੀਂ ਲੱਕੀਲੀ ਟੈਸਟ ਕਰਵਾ ਲਏ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਹਾਡੇ ਫੈਟਸ ਵਧੀ ਜਾ ਰਹੇ, ਅੰਦਰ ਕੋਲੈਸਟਰੋਲ ਵਧੀ ਜਾ ਰਿਹਾ, ਅੰਦਰ ਜਿਹੜਾ ਉਹ ਬਲੈਕ ਬਣਾਈ ਜਾ ਰਿਹਾ ਜੀ, ਔਰ ਖੂਨ ਗਾੜਾ ਹੋਈ ਜਾ ਰਿਹਾ। ਟ੍ਰਾਈਗਲੀਸਾਈਡ ਉੱਤੇ ਟੈਸਟ ਕਰਾਓਗੇ ਤਾਂ ਟ੍ਰਾਈਗਲੀਸਾਈਡ ਔਰ ਕੋਲੈਸਟਰੋਲ ਦਾ ਪਤਾ ਲੱਗੇਗਾ ਨਾ? ਨਹੀਂ ਤਾਂ ਪਤਾ ਹੀ ਨਹੀਂ ਲੱਗਣਾ। ਜਦੋਂ ਪਤਾ ਲੱਗਿਆ ਕਿ ਇਹ ਤਾਂ ਬਹੁਤ ਹਾਈ ਹੋ ਗਏ ਨੇ, ਉਹ ਕਿਸੇ ਦਿਨ ਵੀ ਫਸ ਸਕਦੇ ਨੇ, ਉਹ ਗਾੜਾ ਖੂਨ ਕਿਸੇ ਦਿਨ ਵੀ ਤੁਹਾਡੇ ਜੰਮ ਸਕਦਾ ਅੰਦਰ, ਉਹ ਉੱਥੇ ਜਾ ਕੇ ਉਹਦਾ ਕਲੋਟ ਫਸ ਸਕਦਾ, ਫਸ ਸਕਦਾ, ਅਤੇ ਉਹਨੂੰ ਹਾਰਟ ਅਟੈਕ ਕਹਿੰਦੇ ਆ। ਅੱਛਾ, ਟੈਨਸ਼ਨ ਜਿਹੜਾ ਬੰਦਾ ਲੈਂਦਾ ਜਾਂ ਬੋਝ ਹੁੰਦਾ ਕਈ ਵਾਰੀ ਕਿਸੇ ਦੇ ਉੱਤੇ, ਉਹ ਚੀਜ਼ ਕਿੰਨੀ ਕਿਸ ਚੀਜ਼ ਦੇ ਉੱਤੇ ਅਸਰ ਪਾਉਂਦੀ ਆ? ਦੇਖੋ ਜਿਹੜੀ ਟੈਨਸ਼ਨ ਹੈ ਨਾ, ਇਹਨੂੰ ਤਾਂ ਤੁਸੀਂ ਕਹੋ ਕਿ ਮਦਰ ਆਫ ਡਿਜ਼ੀਜ਼ ਆ, ਇਹ ਤੁਹਾਨੂੰ ਹਰ ਬਿਮਾਰੀ ਲਾ ਸਕਦੀ ਆ। ਅੱਛਾ, ਟੈਨਸ਼ਨ ਤੋਂ ਤੁਹਾਨੂੰ ਡਾਇਬਟੀਜ਼ ਵੀ ਕਈ ਵਾਰੀ, ਡਾਇਬਟੀਜ਼ ਤੋਂ ਵੀ ਟੈਨਸ਼ਨ ਹੁੰਦੀ ਆ ਕਈ ਵਾਰੀ। ਅੱਛਾ, ਸ਼ੂਗਰ ਤੋਂ ਹੀ, ਸ਼ੂਗਰ ਐਕਸੈਸ ਸ਼ੂਗਰ ਐਕਚੁਅਲੀ ਬ੍ਰੇਨ 'ਚ ਚਲੀ ਜਾਵੇ ਤਾਂ ਟੈਨਸ਼ਨ ਹੈ, ਡੈਮੈਂਸ਼ੀਆ। ਅਗਰ ਐਕਸੈਸ ਸ਼ੂਗਰ ਤੁਹਾਡੇ ਹਾਰਟ 'ਤੇ ਚਲੇ ਜਾਏ ਤਾਂ ਇਹਨੂੰ ਕੋਲੈਸਟਰੋਲ ਕਹਿ ਲਓ, ਅਗਰ ਐਕਸੈਸ ਸ਼ੂਗਰ ਤੁਹਾਡੇ ਬਲੱਡ 'ਚ ਹੈ ਤਾਂ ਪੈਂਕਰੀਆਜ਼ ਨੂੰ ਡਿਸਟਰੋਏ ਕਰ ਦਿੰਦੀ ਹੈ, ਉਹ ਤੁਹਾਡੀ ਉਹ ਇਨਸੁਲਿਨ ਦੀ ਕਪੈਸਿਟੀ ਬਣਨੀ ਰੁਕ ਜਾਂਦੀ ਹੈ। ਐਕਸੈਸ ਸ਼ੂਗਰ ਤਾਂ ਕਿਤੇ ਵੀ ਹੈ ਅਤੇ ਉਹ ਡੇਂਜਰਸ ਹੈ, ਕਿਤੇ ਵੀ ਹੈ ਉਹ ਖਤਰਨਾਕ ਹੈ। ਅਸੀਂ ਟੈਨਸ਼ਨ ਦੀ ਗੱਲ ਕਰ ਰਹੇ ਸੀਗੇ ਵੀ ਟੈਨਸ਼ਨ ਜਿਹੜੀ ਹੈ ਉਹ ਤਾਂ ਮਦਰ ਆਫ ਡਿਜ਼ੀਜ਼ ਹੈ, ਉਹਦੇ ਨਾਲ ਤਾਂ ਹਰ ਡਿਜ਼ੀਜ਼ ਸਟਾਰਟ ਹੋ ਸਕਦੀ ਹੈ। ਅਗਰ ਤੁਹਾਨੂੰ ਸਟ੍ਰੈਸ ਹੈ, 65% ਸ਼ੇਅਰ ਉਹਦੇ 'ਚ ਸ਼ੂਗਰ ਦਾ ਹੈ, ਸ਼ੂਗਰ ਹੋ ਜਾਂਦੀ ਬੰਦੇ ਨੂੰ, ਓਕੇ, ਤੁਹਾਨੂੰ ਟੈਨਸ਼ਨ ਦਾ ਝਟਕਾ ਲੱਗਿਆ, ਡਿਪੈਂਡ ਕਰਦਾ ਤੁਹਾਡੇ ਇਮਿਊਨ ਸਿਸਟਮ ਕਿੰਨਾ ਸਟਰੋਂਗ ਹੈ ਜਾਂ ਕਿੰਨਾ ਵੀਕ ਹੈ। ਅਗਰ ਉਹ ਵੀਕ ਹੈ ਤਾਂ ਤੁਹਾਨੂੰ ਉਹ ਟੈਨਸ਼ਨ ਦਾ ਝਟਕਾ ਸ਼ੂਗਰ ਕਰਾ ਸਕਦਾ। ਅੱਛਾ, ਔਰ ਅਗਰ ਟੈਨਸ਼ਨ ਦਾ ਝਟਕਾ ਹੋਰ ਜ਼ਿਆਦਾ ਸਟਰੋਂਗ ਹੋ ਗਿਆ ਤਾਂ ਤੁਹਾਨੂੰ ਸਟ੍ਰੋਕ ਵੀ ਹੋ ਸਕਦਾ, ਓਕੇ, ਫਾਲਜ ਹੋ ਸਕਦਾ, ਨਾਲ ਅਗਰ ਬਲੱਡ ਪ੍ਰੈਸ਼ਰ ਬਹੁਤ ਹਾਈ ਹੈ ਤਾਂ ਉਧਰੋਂ ਸਟ੍ਰੈਸ ਦਾ ਝਟਕਾ ਲੱਗਿਆ ਤੁਹਾਨੂੰ ਉਹ ਕਾਫੀ ਸਟਰੋਂਗ ਹੈ, ਫਾਲਜ ਹੋ ਸਕਦਾ, ਲਕਵਾ ਵੀ ਹੋ ਸਕਦਾ ਟੈਨਸ਼ਨ ਨਾਲ, ਜਿਹਨੂੰ ਮੂੰਹ ਟੇਢਾ ਨਹੀਂ ਕਹਿੰਦੇ, ਬਿਲਕੁਲ ਇੱਕ ਪਾਸੇ ਨੂੰ, ਬੈਲ ਪੋਲਸੀ, ਬੈਲਸ ਪੋਲਸੀ, ਇਹਦੀ ਆਪਾਂ ਇੱਕ ਪ੍ਰੋਗਰਾਮ ਵੀ ਕੀਤਾ ਸੀਗਾ, ਇਹਦੇ 'ਤੇ ਸ਼ੋਅ ਵੀ ਕੀਤਾ ਹੋਇਆ, ਔਰ ਉਹਦੇ 'ਚ ਦਵਾਈਆਂ ਵੀ ਦੱਸੀਆਂ ਹੋਈਆਂ ਲਕਵੇ ਦੀਆਂ, ਬੈਲਸ ਪੋਲਸੀ। ਇਹਦੀ ਸਭ ਤੋਂ ਪਹਿਲੀ ਦਵਾਈ ਹੈ ਬੈਲਸ ਪੋਲਸੀ ਦੀ, ਕੋਸਟਿਕਮ ਅਤੇ ਰਸਟੋਕਸ 1 ਇੰਪੋਰਟੈਂਸ 'ਚ, ਹੋਰ ਵੀ ਹੈ ਬਹੁਤ ਸਾਰੀਆਂ। ਖੈਰ, ਅਤੇ ਇਹ ਟੈਨਸ਼ਨ ਤਾਂ ਇਹਨੂੰ ਤਾਂ ਤੁਸੀਂ ਕੰਸਿਡਰ ਹੀ ਨਾ ਕਰੋ, ਇਹ ਤਾਂ ਅਗਰ ਹੈਗੀ ਆ ਤਾਂ ਸਮਝੋ ਕੁਛ ਵੀ ਹੋ ਸਕਦਾ। ਅੱਜ ਹੁਣ ਤੁਸੀਂ ਦੇਖੋ ਅਸੀਂ ਕੈਨੇਡਾ 'ਚ ਵੀ ਰਹਿ ਰਹੇ ਹਾਂ, ਚਾਹੇ ਕਿਤੇ ਵੀ ਆ, ਅੱਜ ਟੈਨਸ਼ਨ ਤਾਂ ਮੈਨੂੰ ਲੱਗਦਾ ਹਰ ਬੰਦਾ ਆਪਣੇ ਨਾਲ ਚੁੱਕੀ ਫਿਰਦਾ, ਗੱਡੀ 'ਤੇ ਜਾਂਦਾ, ਲੋਕਾਂ ਨੂੰ ਮੋਨੀਟਰ 'ਤੇ ਕਰੋ ਖੱਬੇ ਸੱਜੇ, ਲੱਗਦਾ ਵੀ ਯਾਰ ਇੱਥੇ ਇਹ ਲੱਗਦਾ ਜਿੱਦਾਂ ਜੋਂਬੀਜ਼ ਵਰਲਡ 'ਚ ਨਹੀਂ ਤੁਸੀਂ ਹੁਣ ਆ ਗਏ, ਜਿੱਦਾਂ ਦੇ ਹਾਲਾਤ ਕੁਛ ਚੀਜ਼ਾਂ ਦੇ ਬਣੀ ਜਾ ਰਹੇ ਆ, ਕਿ ਮੈਨੂੰ ਲੱਗਦਾ ਕਿਤੇ 10 ਪਿੱਛੇ ਕਿ 100 ਪਿੱਛੇ ਇੱਕ ਦੋ ਬੰਦੇ ਲੱਭਦੇ ਨੇ ਜਿਨ੍ਹਾਂ ਦੇ ਚਿਹਰੇ 'ਤੇ ਕਿਸੇ ਗੱਲੋਂ ਹਾਸਾ ਹੋਏ, ਕੋਈ ਟੈਨਸ਼ਨ 'ਚ ਫੋਨ 'ਤੇ ਗੱਲਾਂ ਕਰ ਰਿਹਾ, ਕੋਈ ਟੈਨਸ਼ਨ 'ਚ ਸਿਰ 'ਤੇ ਹੱਥ ਰੱਖ ਕੇ ਬੈਠਾ ਹੁੰਦਾ। ਇੱਕ ਚਲੋ ਸਾਰੀਆਂ ਚੀਜ਼ਾਂ ਦੁਨੀਆਂ 'ਤੇ ਨਾਲ ਨਾਲ ਹੀ ਚੱਲਣੀਆਂ ਨੇ, ਪਰ ਉਹ ਮਤਲਬ ਕੋਈ ਖੁਸ਼ਹਾਲ ਹੋਣ ਦਾ ਕੋਈ ਕਾਰਨ ਹੀ ਨਹੀਂ ਬੰਦੇ ਨੂੰ ਮੈਨੂੰ ਲੱਗਦਾ ਰਹਿ ਗਿਆ, ਜਾਂ ਖੁਸ਼ ਕਿਉਂ ਹੋਣਾ? ਆਪਾਂ ਵੀ ਅੱਜ ਹੱਸੇ ਇੱਕ ਵਾਰੀ ਦੇਖ ਲਓ, ਮੈਂ ਤਾਂ ਹੱਸ ਪਿਆ, ਨਹੀਂ ਆਪਾਂ ਹੱਸ, ਦੇਖੋ ਗੱਲ ਕਿੱਥੇ ਤੱਕ ਪਹੁੰਚ ਗਈ, ਦੋ ਵਾਰੀ ਹੋ ਗਿਆ। ਅਤੇ ਇਹ ਹੱਸਣਾ ਕਿਉਂ ਜ਼ਰੂਰੀ ਹੈ, ਖੁਸ਼ ਰਹਿਣਾ ਕਿਉਂ ਜ਼ਰੂਰੀ ਹੈ, ਆਪਣੇ ਆਪ ਨੂੰ ਐਕਸਾਈਟਿੰਗ ਰੱਖਣਾ, ਇਹ ਟੈਨਸ਼ਨਾਂ 'ਤੇ ਜਦੋਂ ਤੱਕ ਬੰਦਾ ਹੈ ਨਾ ਇਹ ਨਾਲ ਹੀ ਚੱਲਣੀਆਂ ਨੇ, ਰੋਜ਼ ਨਵਾਂ ਨਵਾਂ ਕੋਈ ਪਹਾੜ ਡਿੱਗਣਾ ਸਾਡੇ 'ਤੇ, ਅਤੇ ਬੰਦਾ ਹੀ ਉਹਨੂੰ ਕਹਿੰਦੇ ਆ ਜਿਹੜਾ ਉਹ ਪਹਾੜਾਂ ਨੂੰ ਚੀਰ ਕੇ ਗਾਹ ਲੰਘ ਜੇ। ਇਹ ਤਾਂ ਪਰ ਇਹਦਾ ਇਲਾਜ ਮੈਂ ਤੁਹਾਨੂੰ ਇਸ ਕਰਕੇ ਪੁੱਛਦਾ ਵੀ ਹੁਣ ਬੰਦਾ ਹਰ ਕੋਈ ਇਹਦੇ ਵਿੱਚ ਇਨਵੋਲਵ ਹੈ, ਨਾਲ ਕੋਈ ਸੌਖਾ ਢੰਗ ਤਰੀਕਾ ਦੱਸੋ ਵੀ ਇਹ ਟੈਨਸ਼ਨਾਂ, ਸਿਰ ਦਰਦ, ਪਰੇਸ਼ਾਨੀਆਂ ਨੂੰ ਲਾਂਭੇ ਕਿੱਦਾਂ ਰੱਖਣਾ? ਇਹ ਜਿਹੜੇ ਡਿਫਰੈਂਟ ਕਿਸਮ ਦੇ ਹਾਲਾਤ ਆ ਨਾ, ਉਹ ਤਾਂ ਹਰ ਬੰਦੇ 'ਤੇ ਹੀ ਆਉਂਦੇ ਆ।
ਉਹ ਕੋਈ ਐਸਾ ਪੀਰ ਫਕੀਰ ਪੈਗੰਬਰ ਨਹੀਂ ਗੁਜ਼ਰਿਆ ਜਿਹਨੇ ਜਿਹਦੇ ਹਾਲਾਤ ਮੁਸ਼ਕਲ ਨਹੀਂ ਹੋਏ, ਜਿਹਨੂੰ ਟੈਨਸ਼ਨਾਂ ਨਹੀਂ ਆਈਆਂ, ਜਿਹਨੂੰ ਬਿਮਾਰੀ ਦੀ ਟੈਨਸ਼ਨ ਆਈ ਹੋਵੇ ਜਾਂ ਜਿਹਨੂੰ ਘਰ ਦੀ ਟੈਨਸ਼ਨ ਆਈ ਹੋਵੇ, ਜਿਹਦੇ ਹਾਲਾਤ ਸਮੂਥ ਗੁਜ਼ਰੇ ਹੋਣ, ਕੋਈ ਮੇਰਾ ਖਿਆਲ ਤੁਹਾਨੂੰ ਕਰੋੜਾਂ 'ਚ ਕੋਈ ਇੱਕ ਬੰਦਾ ਹੀ ਨਜ਼ਰ ਆਏਗਾ। ਅਤੇ ਉਹ ਕੀ ਕਹਿੰਦੇ ਨੇ, ਹਾਲਾਤ ਕੇ ਕਦਮੋਂ ਮੇਂ ਕਲੰਦਰ ਨਹੀਂ ਗਿਰਤਾ, ਹਾਲਾਤ ਕੇ ਕਦਮੋਂ ਮੇਂ ਕਲੰਦਰ ਨਹੀਂ ਗਿਰਤਾ, ਟੂਟੇ ਵੀ ਦਿਲ ਤਾਰਾ ਤੋ ਜ਼ਮੀਨ ਪਰ ਨਹੀਂ ਗਿਰਤਾ, ਗਿਰਤੇ ਹੈ ਬੜੇ ਸ਼ੌਕ ਸੇ ਸਮੁੰਦਰ ਮੇਂ ਦਰਿਆ, ਲੇਕਿਨ ਕਿਸੀ ਦਰਿਆ ਮੇਂ ਸਮੁੰਦਰ ਨਹੀਂ ਗਿਰਤਾ। ਅਤੇ ਤੁਸੀਂ ਹਾਲਾਤ ਨੂੰ ਵੇਖ ਕੇ ਪਰੇਸ਼ਾਨ ਹੋਣਾ ਛੱਡ ਦਿਓ, ਹਾਲਾਤ ਚੱਲਦੇ, ਤੁਸੀਂ ਇਹ ਜ਼ਿਹਨ 'ਚ ਰੱਖ ਲਓ ਕਿ ਜਿਹੜੀ ਵੀ ਟੈਨਸ਼ਨ ਆ ਉਹ ਮੇਰੇ ਰੱਬ ਤੋਂ ਵੱਡੀ ਤਾਂ ਨਹੀਂ ਹੈਗੀ, ਮੇਰਾ ਰੱਬ ਉਹਨੂੰ ਡੀਲ ਕਰ ਲੇਗਾ। ਜਦੋਂ ਤੁਸੀਂ ਉਹਦੇ ਹਵਾਲੇ ਕਰਦੇ ਹੋ ਕਿ ਡੀਲ ਕਰ ਲੈ ਰੱਬ, ਮੇਰੇ ਤੋਂ ਤਾਂ ਵੱਡੀ ਹੈ, ਤੇਰੇ ਤੋਂ ਵੱਡੀ ਨਹੀਂ ਹੈ। ਕਈ ਵਾਰੀ ਬੰਦੇ ਨਾਸਤਿਕ ਵੀ ਹੁੰਦੇ ਨੇ। ਇਹ ਨਾਸਤਿਕ ਕੀ ਹੁੰਦਾ? ਜਿਹੜੇ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਅੱਛਾ, ਉਹ ਦਹਿਰੀਏ, ਜਿਹੜੇ ਦਹਿਰੀ ਰਸ਼ੀਅਨਸ ਕੀਤੇ ਹੈ, ਕਮਿਊਨਿਸਟ ਕਮਿਊਨਿਸਟ ਇਹ ਇਹ ਪਰ ਮੈਂ ਕਿਹਾ ਉਹਨਾਂ ਦਾ ਕੀ ਹਾਲ ਹੈ? ਵੇਖੋ ਜੀ, ਉਹ ਫਿਰ ਦਵਾਈ 'ਤੇ ਹੀ ਆ ਜਾਣ, ਠੀਕ ਹੈ। ਉਹਨਾਂ ਨੂੰ ਨਾ, ਉਹਨਾਂ ਦੀ ਵੀ ਅੱਜ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ। ਰੱਬ ਉਸ ਬੰਦੇ ਨੂੰ ਮੁਸ਼ਕਲ ਦਿੰਦਾ ਜਿਹਨੂੰ ਨੇੜੇ ਕਰਨਾ ਹੋਵੇ, ਉਸ ਬੰਦੇ ਨੂੰ ਤਕਲੀਫ ਦਿੰਦਾ ਜਿਹਨੂੰ ਆਪਣੇ ਵੱਲ ਬੁਲਾਉਣਾ ਹੋਵੇ, ਅਤੇ ਜਿਹਨੂੰ ਉਹਨੇ ਸੁੱਟਣਾ ਹੀ ਦੋਜ਼ਖ 'ਚ ਆ, ਉਹ ਕਹਿੰਦਾ ਦਵਾਓ ਜਿੱਥੇ ਮਰਜ਼ੀ ਫਿਰਦਾ ਰਹਿ, ਤੇਰਾ ਟਿਕਾਣਾ ਮੈਂ ਰੱਖਿਆ ਹੋਇਆ। ਇੱਥੇ ਸਾਫ਼ ਸਾਫ਼ ਕੁਰਾਨ 'ਚ ਲਿਖਿਆ ਹੋਇਆ, ਜੋ ਮਰਜ਼ੀ ਕਰੀ ਜਾ, ਤੇਰੇ ਲਈ ਜਹਨਮ ਬਣਾਇਆ ਹੋਇਆ, ਹੈਲ ਤੇਰੇ ਲਈ ਬਣਾਇਆ, ਹੈਲ ਦੀ ਅੱਗ ਜਿਹੜੀ ਉਹ ਤੇਰੇ ਲਈ ਭੜਕ ਰਹੀ ਹੈ, ਉਹ ਤੈਨੂੰ ਸੁੱਟਣਾ ਉਹਦੇ 'ਚ। ਅਤੇ ਉਹਨੇ ਜਿਹਨੂੰ ਮਾਫ਼ ਕਰਨਾ ਨਾ, ਜਿਹਨੂੰ ਨੇੜੇ ਕਰਨਾ, ਉਹ ਅਸਲ 'ਚ ਉਹਨੂੰ ਤਕਲੀਫ ਦਿੰਦਾ। ਇੱਕ ਵਾਰੀ ਜਦੋਂ ਤਕਲੀਫ ਹੁੰਦੀ ਆਪਾਂ ਕੀ ਕਹਿੰਦੇ ਹਾਂ? ਹਾਏ ਰੱਬਾ, ਅਸੀਂ ਕਹਿੰਦੇ ਹਾਏ ਅੱਲਾ, ਹਾਏ ਰੱਬਾ, ਹਾਏ ਰੱਬਾ, ਹਾਏ ਇਹ ਦਰਦ ਹੋ ਗਈ, ਹਾਏ ਰੱਬਾ ਇਹ ਹੋ ਗਿਆ, ਵਾਹਿਗੁਰੂ ਨਿਕਲਦਾ ਉਦੋਂ ਮੂੰਹੋਂ, ਰੱਬ ਹੀ ਹੈ ਨਾ, ਹਾਏ ਰੱਬਾ ਮੈਨੂੰ ਇਹ ਹੋ ਗਿਆ, ਹਾਏ ਰੱਬਾ ਮੈਨੂੰ ਇਹ ਹੋ ਗਿਆ। ਉਹ ਕਹਿੰਦਾ ਹੈ ਕਿ ਮੇਰੇ ਵੱਲ ਆਓ, ਬਹਾਨੇ ਬਹਾਨੇ ਨਾ ਉਹ ਬੁਲਾਉਂਦਾ, ਬਹਾਨੇ ਬਹਾਨੇ ਨਾ ਬੁਲਾਉਂਦਾ, ਕਦੇ ਇੰਨੀ ਕੁ ਤਕਲੀਫ ਦੇ ਕੇ ਬੁਲਾਉਂਦਾ। ਜਿਹੜਾ ਇੱਥੇ ਹੀ ਮੁੜ ਪਿਆ ਤਾਂ ਉਹ ਬਿਹਤਰ ਆ, ਜਿਹੜਾ ਇੰਨੀ ਕੁ ਤਕਲੀਫ 'ਤੇ ਮੁੜ ਪਿਆ ਉਹ ਉਸ ਤੋਂ ਘੱਟ ਬਿਹਤਰ ਆ। ਇੰਨੀ ਕੁ ਤਕਲੀਫ 'ਤੇ ਮੁੜ ਪਿਆ, ਫਿਰ ਕਿਸੇ ਨੂੰ ਢੇਰਾਂ ਦੇ ਹਿਸਾਬ ਨਾਲ ਤਕਲੀਫ ਦਿੱਤੀ, ਨਹੀਂ ਮੁੜਦਾ। ਕਈ ਵਾਰੀ ਡਾਕਟਰ ਸਾਹਿਬ, ਮੰਨ ਲਓ ਗਾਵਾਂ ਨੂੰ ਬਾਹਰ ਚਰਨ ਲਈ ਭੇਜੇ ਹੋਏ ਨਾ, ਕਈ ਵਾਰੀ ਤਾਂ ਮਾਲਕ ਉਮੀਦ ਕਰਦਾ ਵੀ ਘੰਟਾ ਦੋ ਘੰਟਾ ਚਰ ਕੇ ਆਪੇ ਵਾਪਸ ਆ ਜਾਣਗੀਆਂ, ਜੇ ਨਹੀਂ ਆਉਂਦੀਆਂ ਤਾਂ ਕਈ ਵਾਰੀ ਆਵਾਜ਼ ਮਾਰਦਾ, ਜੇ ਆਵਾਜ਼ ਮਾਰਿਆ ਨਹੀਂ ਆਉਂਦੀਆਂ ਤਾਂ ਕਈ ਵਾਰੀ ਨਾ ਸੋਟੀ ਦਾ ਡਰਾਵਾ ਦਿੰਦਾ ਵੀ ਚੱਲ ਅੰਦਰ, ਉਹ ਜੇ ਸੋਟੀ ਦੇ ਡਰਾਵੇ ਨਾ ਆਉਂਦਾ ਫਿਰ ਨਿੱਕੀ ਜਿਹੀ ਸੋਟੀ ਲਾਉਂਦਾ। ਕੁਛ ਮੇਰੇ ਵਰਗੇ ਢੀਠ ਹੁੰਦੇ, ਉਹਨਾਂ ਨੂੰ ਸੋਟੀ ਜ਼ੋਰ ਦੀ ਵੱਜਦੀ ਆ, ਉਹ ਫਿਰ ਆਉਂਦੇ ਅੰਦਰ। ਸੋ ਇਹ ਇੱਦਾਂ ਹੀ ਸਾਡੇ ਵੀ ਸਾਰਿਆਂ ਦੇ ਹਿਊਮਨਸ ਦੇ ਕਈ ਵਾਰੀ, ਖੈਰ ਇਹ ਜਿਹਨਾਂ ਦਾ ਨਹੀਂ ਬਿਲੀਵ ਹੈਗਾ ਉਹਨਾਂ ਨੂੰ ਉਹ ਚੀਜ਼ ਮੁਬਾਰਕ ਹੈ, ਪਰ ਇੱਦਾਂ ਕੁਛ ਹੈ ਨਹੀਂ ਆ ਵੀ ਤੁਸੀਂ ਸਾਰੇ ਜ਼ਰੂਰੀ ਬਿਲੀਵ ਕਰੋ ਹੀ ਕਰੋ। ਇਹ ਤਾਂ ਆਪੋ ਆਪਣੀ ਸਾਰਿਆਂ ਦੀ ਸੋਚ ਥਿੰਕਿੰਗ ਆ ਨਾ, ਜਦੋਂ ਕਿ ਜਿਹਦੇ ਮਨ ਮੇਰ ਪੈਣੀ ਹੈ। ਖੈਰ ਅਸੀਂ ਇਹ, ਮੈਨੂੰ ਲੱਗਦਾ ਸੀ ਕੁਛ ਪ੍ਰਾਈਮ ਚਰਚਾ ਪ੍ਰੋਗਰਾਮ, ਕੋਲੈਸਟ੍ਰੋਲ ਦੀ ਦਵਾਈ ਦੱਸਦੀ ਹੈ। ਕੋਲੈਸਟ੍ਰੋਲ ਦੀ ਜਿਹੜੀ ਬੈਸਟ ਦਵਾਈ ਹੈ ਨਾ ਪਾਣੀ ਤੋਂ ਬਾਅਦ, ਉਹ ਹੈ ਓਲਿਵ ਆਇਲ। ਕਿੰਨਾ ਸੌਖਾ ਇਲਾਜ ਆ, ਅਸਲੀ ਓਲਿਵ ਆਇਲ, ਅਸਲੀ ਓਲਿਵ ਆਇਲ ਕੋਲੈਸਟ੍ਰੋਲ ਦੀ ਸਭ ਤੋਂ ਬੈਸਟ ਦਵਾਈ ਹੈ। ਅਗਰ ਤੁਸੀਂ ਅਸਲੀ ਓਲਿਵ ਆਇਲ ਦਾ 10 ਚਮਚ ਰਾਤ ਨੂੰ ਖਾਣੇ ਤੋਂ ਬਾਅਦ ਪੀ ਲਓ ਤਾਂ ਤੁਹਾਨੂੰ ਕੋਲੈਸਟ੍ਰੋਲ ਨਹੀਂ ਰਹਿੰਦਾ। ਅੱਛਾ, ਤੇ ਜੇ, ਹਾਂ ਇਹ ਵੀ ਇੱਕ ਕੁਐਸਚਨ ਆਇਆ ਪਿਛਲੇ ਦਿਨਾਂ 'ਚ, ਜੇ ਕੋਲੈਸਟ੍ਰੋਲ ਵੱਧ ਜਾਏ ਓਲਿਵ ਆਇਲ ਪੀਣ ਤੋਂ ਬਾਅਦ, ਇਹਦਾ ਮਤਲਬ ਓਲਿਵ ਆਇਲ ਨਹੀਂ ਸੀ, ਕੋਈ ਹੋਰ ਆਇਲ ਸੀ, ਉਹਦੇ 'ਚ ਮਿਕਸਿੰਗ ਸੀ, ਉਹ ਅਸਲੀ ਓਇਲ ਨਹੀਂ ਹੈ। ਓਲਿਵ ਆਇਲ ਅਸਲੀ ਓਲਿਵ ਆਇਲ ਕੋਲੈਸਟ੍ਰੋਲ ਦੀ ਦਵਾਈ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਦਵਾਈ ਹੈ, ਕੋਲੈਸਟ੍ਰੋਲ ਦੀ ਵੀ ਦਵਾਈ ਹੈ। ਅਗਰ ਤਾਂ ਓਲਿਵ ਆਇਲ ਪੀਣ ਨਾਲ ਕੋਲੈਸਟ੍ਰੋਲ ਘੱਟ ਗਿਆ ਤਾਂ ਤੁਹਾਡਾ ਓਲਿਵ ਆਇਲ ਠੀਕ ਹੈ, ਅਗਰ ਓਲਿਵ ਆਇਲ ਪੀਣ ਨਾਲ ਕੋਲੈਸਟ੍ਰੋਲ ਵੱਧ ਗਿਆ ਤਾਂ ਤੁਹਾਡਾ ਓਲਿਵ ਆਇਲ 'ਚ ਕੋਈ ਹੋਰ ਓਇਲ ਆ, ਉਹ ਓਲਿਵ ਆਇਲ ਨਹੀਂ ਹੈ।
ਜਿਹੜਾ ਤੁਸੀਂ ਪੀ ਰਹੇ ਹੋ ਉਹ ਵਧਾ ਰਿਹਾ ਕੋਲੈਸਟਰੋਲ ਨੂੰ, ਰੂਟੀਨ 'ਚ ਜਿਵੇਂ ਵੱਧ ਰਿਹਾ ਉਵੇਂ ਵਧੀ ਜਾ ਰਿਹਾ ਤੁਹਾਡਾ, ਉਹਨੇ ਰੋਕਿਆ ਨਹੀਂ, ਉਹਨੇ ਕੁਛ ਕੀਤਾ ਨਹੀਂ। ਹੋ ਸਕਦਾ ਉਹਨੇ ਹੋਰ ਵਧਾਇਆ ਹੋਵੇ ਥੋੜ੍ਹਾ ਜਿਹਾ, ਲੇਕਿਨ ਉਹਨੇ ਘਟਾ ਨਹੀਂ ਸਕਦਾ ਉਹ ਸਵਾਏ ਓਲਿਵ ਆਇਲ ਤੋਂ। ਓਲਿਵ ਆਇਲ ਬੈਸਟ ਚੀਜ਼ ਹੈ ਕੋਲੈਸਟਰੋਲ ਨੂੰ ਘੱਟ ਕਰਨ ਦੀ। ਜੈਤੂਨ ਦਾ ਤੇਲ ਮੈਂ ਉਹਦੇ 'ਚ ਵੀ ਦੱਸ ਦਿਆਂ, ਬਹੁਤ ਸਾਰੇ ਲੋਕ ਕਹਿੰਦੇ ਸਾਨੂੰ ਅੰਗਰੇਜ਼ੀ ਦੀ ਸਮਝ ਨਹੀਂ ਆਉਂਦੀ। ਜੈਤੂਨ ਦਾ ਤੇਲ ਕੋਲੈਸਟਰੋਲ ਨੂੰ, ਖੂਨ ਦੀ ਚਰਬੀ ਜਿਹਨੂੰ ਆਪਾਂ ਕਹਿੰਦੇ, ਉਹਨੂੰ ਘੱਟ ਕਰਨ ਦਾ ਬੈਸਟ ਇਲਾਜ ਹੈ। ਅੱਧਾ ਚਮਚ ਰਾਤ ਨੂੰ ਪੀ ਲਓ ਤੋ, ਜੇ ਤੁਹਾਨੂੰ ਸ਼ੂਗਰ ਦਾ ਵੀ ਸ਼ੱਕ ਹੈ ਤਾਂ ਅੱਧਾ ਚਮਚ ਸੁਬਹਾ ਉੱਠਦਿਆਂ ਵੀ ਪੀ ਲਓ, ਅਤੇ ਜੇ ਸ਼ੂਗਰ ਹੋ ਗਈ ਹੈ ਜਾਂ ਹੋਣ ਲੱਗੀ ਹੈ ਫਿਰ ਇੱਕ ਚਮਚ ਸੁਬਹਾ ਅਤੇ ਇੱਕ ਚਮਚ ਸ਼ਾਮ ਪੀ ਲਓ, ਅਤੇ ਜੇ ਹੋ ਚੁੱਕੀ ਹੈ ਤਾਂ ਫਿਰ ਦੋ ਚਮਚ ਤੋਂ ਸ਼ੁਰੂ ਕਰ ਦਿਓ ਸੁਬਹਾ ਅਤੇ ਦੋ ਚਮਚ ਸ਼ਾਮ। ਓਲਿਵ ਆਇਲ ਤੁਸੀਂ ਦੇਖਣਾ 15 ਦਿਨਾਂ 'ਚ ਤੁਸੀਂ ਰਿਜ਼ਲਟ ਦੇਖ ਲੈਣਾ, ਤੁਹਾਡੀ ਸ਼ੂਗਰ 'ਤੇ, ਤੁਹਾਡੇ ਆਕਸੀਡੈਂਟਸ 'ਤੇ, ਤੁਹਾਡੀਆਂ ਦਰਦਾਂ 'ਤੇ, ਤੁਹਾਡੀ ਨੀਂਦ 'ਤੇ, ਤੁਹਾਡੇ ਸਟਮਕ 'ਤੇ, ਤੁਹਾਡੇ ਕਿਡਨੀ 'ਤੇ, ਤੁਹਾਡੇ ਗੋਡਿਆਂ 'ਤੇ, ਗੋਡਿਆਂ ਦੀਆਂ ਦਰਦਾਂ 'ਤੇ, ਤੁਹਾਡੀ ਸ਼ੂਗਰ 'ਤੇ, ਤੁਹਾਡੇ ਕੋਲੈਸਟਰੋਲ 'ਤੇ, ਫਿਰ ਵਾਪਸ ਲੈ ਆਉਣਾ ਅੱਧੇ ਚਮਚ 'ਤੇ ਆਹਿਸਤਾ ਆਹਿਸਤਾ। ਇੰਨਾ ਸਸਤਾ ਸੌਦਾ ਆ, ਇੰਨਾ ਸਸਤਾ ਸੌਦਾ। ਚਲੋ ਸੁਣਾਓ ਕੋਈ ਗੱਲ ਫਿਰ ਚਲੀਏ। ਗੱਲ ਇਹ ਆ ਯੋਗਰਾਜ, ਅੱਜ ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀ ਕਿ ਜਦੋਂ ਆਪਾਂ ਆਪਣੀਆਂ ਬਹੁਤ ਸਾਰੀਆਂ ਵਕਤ ਆਪਾਂ ਆਪਣੀ ਤਕਲੀਫਾਂ ਦੀ ਗੱਲ ਕਰਦੇ ਹਾਂ ਨਾ, ਸਾਰਾ ਵਕਤ ਅਸੀਂ ਅਡਿਕਟ ਹਾਂ ਅਸਲ 'ਚ ਇਹਨਾਂ ਗੱਲਾਂ ਕਰਨ ਦੇ। ਅਸੀਂ ਆਪਣੇ ਬੁਰੀਆਂ ਚੀਜ਼ਾਂ ਦੀਆਂ, ਤਕਲੀਫਾਂ ਦੀਆਂ ਗੱਲਾਂ ਜ਼ਿਆਦਾ ਕਰਦੇ ਹਾਂ, ਇਹ ਸਾਡੀ ਅਡਿਕਸ਼ਨ ਆ। ਅਤੇ ਜਦੋਂ ਇਹ ਹੈਬਿਟ ਬਣ ਜਾਂਦੀ ਹੈ ਨਾ ਹਰ ਵਕਤ ਤਕਲੀਫਾਂ ਦੀ ਗੱਲ ਕਰਨੀ, ਅਤੇ ਤਕਲੀਫਾਂ ਨੂੰ ਤੁਸੀਂ ਖਿੱਚਣਾ ਸ਼ੁਰੂ ਕਰ ਦਿੰਦੇ ਹੋ ਆਪਣੇ ਵੱਲ ਨੂੰ। ਬ੍ਰੇਨ ਜਿਹੜਾ ਉਹ ਬਹੁਤ ਵੱਡਾ ਮੈਗਨੈਟ ਹੈ, ਜਦੋਂ ਤੁਸੀਂ ਉਹਦੀ ਗੱਲ ਕਰਦੇ ਹੋ ਬ੍ਰੇਨ ਤੁਹਾਡਾ ਸੁਣਦਾ, ਉਹ ਫਿਰ ਉਹਨਾਂ ਚੀਜ਼ਾਂ ਨੂੰ ਲਾਈਕ ਮਾਈਂਡਡ ਚੀਜ਼ਾਂ ਨੂੰ ਖਿੱਚਦਾ ਆਪਣੇ ਵੱਲ, ਫਿਰ ਤੁਹਾਡੀਆਂ ਤਕਲੀਫਾਂ ਅਤੇ ਬਿਮਾਰੀਆਂ ਅਤੇ ਉਹ ਪਰੇਸ਼ਾਨੀਆਂ ਇਨਕਰੀਜ਼ ਹੋਣਾ ਸ਼ੁਰੂ ਹੋ ਜਾਂਦੀਆਂ। ਇਹ ਅਡਿਕਸ਼ਨ ਹੈ, ਔਰ ਇਸ ਅਡਿਕਸ਼ਨ ਨੂੰ, ਇਸ ਹੈਬਿਟ ਨੂੰ, ਇਸ ਆਦਤ ਨੂੰ ਬਦਲ ਦਿਓ ਜਿੰਨੀ ਜਲਦੀ ਹੋ ਸਕਦਾ। ਜਦੋਂ ਤੁਹਾਨੂੰ ਤਕਲੀਫ ਆਏ ਰੱਬ ਵੱਲ ਰੁਜੂ ਕਰੋ, ਅਤੇ ਨਾਲ ਹੀ ਤੁਸੀਂ ਆਪਣੇ ਅੱਛੀਆਂ ਚੀਜ਼ਾਂ ਦੀ ਡਿਸਕਸ਼ਨ ਜ਼ਿਆਦਾ ਕਰ ਦਿਓ, ਇਨਕਰੀਜ਼ ਕਰ ਦਿਓ ਆਪਣੀਆਂ ਅੱਛੀਆਂ ਹੈਬਿਟਸ, ਅੱਛੀਆਂ ਗੱਲਾਂ, ਪੋਜ਼ਿਟਿਵ ਚੀਜ਼ਾਂ ਦੂਸਰਿਆਂ ਦੀਆਂ ਅਤੇ ਆਪਣੀਆਂ। ਬਹੁਤ ਵਧੀਆ, ਬਹੁਤ ਧੰਨਵਾਦ ਸਰ, ਥੈਂਕ ਯੂ ਸੋ ਮਚ। ਥੈਂਕ ਯੂ, ਥੈਂਕ ਯੂ, ਟੇਕ ਕੇਅਰ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਵੱਲੋਂ ਇੰਨਾ ਹੀ ਜੀ। ਮੈਨੂੰ ਯੋਗਰਾਜ ਸਿੰਘ ਕਾਲੂ ਦਿਓ ਆ ਗਿਆ, ਤੁਸੀਂ ਦੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।